ਬਲਦੇਵ ਸਿੰਘ ਸੰਦੋਹਾ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਜ਼ਿਲ੍ਹਾ ਬਠਿੰਡੇ ਦੇ ਪ੍ਰਧਾਨ, ਕਿ ਜੋ ਖੇਤੀ ਕਾਨੂੰਨ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਖਿਲਾਫ ਲਿਆਉਂਦੇ ਨੇ, ਇਹਨਾਂ ਨੂੰ ਭਾਵੇਂ ਸਟਾਰ ਦੇ ਵਿੱਚ ਅਸੀਂ 24 ਤਰੀਕ ਨੂੰ ਆਪਣੇ ਪਿੰਡਾਂ ਦੇ ਵਿੱਚੋਂ ਰਾਸ਼ਨ ਪਾਣੀ ਲੈ ਕੇ ਦਿੱਲੀ ਨੂੰ ਰਵਾਨਾ ਹੋਏ ਹਾਂ, ਔਰ ਲਗਾਤਾਰ 27 ਤਰੀਕ ਨੂੰ ਅਸੀਂ ਜਿਹੜਾ ਟਿੱਕਰੀ ਬਾਰਡਰ ਹੈ ਇੱਥੇ ਮੋਰਚਾ ਲਾਇਆ, ਔਰ ਲਗਭਗ 3 ਮਹੀਨਿਆਂ ਦਾ ਸਮਾਂ ਜਿਹੜਾ ਸਾਨੂੰ ਇੱਥੇ ਹੋ ਗਿਆ। ਅਸੀਂ ਜਿੱਡਾ ਵੱਡਾ ਸਾਡਾ ਪਰਿਵਾਰ ਹੈ, ਭਾਵੇਂ ਉਸ ਪਰਿਵਾਰ ਦੇ ਵਿੱਚ ਇੱਥੇ ਬੈਠੇ ਹਾਂ, ਪਰ ਜਿਹੜਾ ਸਾਡਾ ਨਿੱਜੀ ਪਰਿਵਾਰ ਹੈ, ਭਾਵੇਂ ਸਾਡੇ ਬੇਟੇ ਅਤੇ ਭਾਵੇਂ ਸਾਡੀਆਂ ਬੇਟੀਆਂ, ਭਾਵੇਂ ਸਾਡੇ ਦੋਹਤੇ, ਭਾਵੇਂ ਸਾਡੇ ਪੋਤੇ, ਉਹ ਸਾਡੇ ਇਸ ਅੰਦੋਲਨ ਦੇ ਵਿੱਚ ਅੱਜ ਸਾਡੇ ਜੋ ਅਸੀਂ ਆਪਣਾ ਟਿੱਕਰੀ ਬਾਰਡਰ ਦੇ ਉੱਤੇ ਰੂਮ ਬਣਾਇਆ, ਉਸ ਰੂਮ ਦੇ ਵਿੱਚ ਸਾਡਾ ਸਾਰਾ ਪਰਿਵਾਰ, ਅਸੀਂ ਆਪਣੇ ਪਰਿਵਾਰ ਦੇ ਵਿੱਚ ਸ਼ਾਮਿਲ ਬੈਠੇ ਹਾਂ। ਸੋ ਜਿਹੜਾ ਅੰਦੋਲਨ ਹੈ, ਇਸ ਅੰਦੋਲਨ ਦੇ ਵਿੱਚ ਸਮੁੱਚਾ ਪਰਿਵਾਰ ਸਾਡਾ ਸਾਡੇ ਨਾਲ ਖੜ੍ਹਾ ਹੈਗਾ, ਔਰ ਜਿੰਨਾ ਚਿਰ ਸਾਡੇ ਇਸ ਸਰਕਾਰ ਸਾਡੀਆਂ ਮੰਗਾਂ, ਸਾਡੇ ਇਸ ਕਾਲੇ ਬਿੱਲਾਂ ਨੂੰ ਜੋ ਸਾਡੇ 'ਤੇ ਥੋਪੇ ਨੇ ਇਹਨਾਂ ਨੂੰ ਨਹੀਂ ਰੱਦ ਕਰਦੀ, ਉਨਾ ਚਿਰ ਸਮੇਤ ਪਰਿਵਾਰ ਅਸੀਂ ਲਗਾਤਾਰ ਇਸ ਅੰਦੋਲਨ ਦੇ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ, ਔਰ ਸਮੁੱਚਾ ਪਰਿਵਾਰ ਸਾਡੀ ਨਾਲ ਜਿਹੜਾ ਇਹ ਜ਼ਿੰਮੇਵਾਰੀ ਚੱਕੂਗਾ, ਜਿਸ ਕਰਕੇ ਅੱਜ ਸਮੇਤ ਸਾਡੇ ਬੱਚੇ, ਸਾਡੀਆਂ ਬੇਟੀਆਂ, ਸਾਡੀਆਂ ਨੂੰਹਾਂ, ਸਾਡੀਆਂ ਭੈਣਾਂ, ਔਰ ਸਾਰਾ ਪਰਿਵਾਰ ਅਸੀਂ ਟਿੱਕਰੀ ਬਾਰਡਰ ਦੇ ਉੱਤੇ ਇਕੱਠਾ ਬੈਠ ਕੇ ਆਪਣੇ ਰੂਮ ਦੇ ਵਿੱਚ ਜਿਹੜਾ ਖਾਣਾ ਖਾਧਾ ਹੈ, ਔਰ ਅਸੀਂ ਇਕੱਠੇ ਬੈਠੇ ਹਾਂ, ਔਰ ਇਕੱਠੇ ਬੈਠ ਕੇ ਅਸੀਂ ਆਪਣਾ ਜਿਹੜੀਆਂ ਆਪਦੀਆਂ ਗੱਲਾਂ ਬਾਤਾਂ, ਆਪਦੇ ਜਿਹੜੇ ਵਿਚਾਰ ਹੈ, ਉਹ ਅਸੀਂ ਸਾਂਝੇ ਕਰਾਂਗੇ, ਔਰ ਜਿਸ ਕਰਕੇ ਬੜੀ ਸਾਡੇ ਪਰਿਵਾਰ ਨੂੰ ਪਿੱਛੇ ਇਹ ਤਮੰਨਾ ਸੀ ਕਿ ਸਾਡੇ ਜਿਹੜਾ ਵੀਰ ਆ ਉਹ ਅੰਦੋਲਨ ਦੇ ਵਿੱਚ ਬੈਠਾ, ਅਤੇ ਅਸੀਂ ਉਸ ਨੂੰ ਇਕੱਲੇ ਨੂੰ ਛੱਡ ਕੇ ਕਿਵੇਂ ਘਰ ਬੈਠ ਸਕਦੇ ਹਾਂਗੇ। ਅਸੀਂ ਵੀ ਆਪਣੇ ਵੀਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਅਸੀਂ ਆਪਣਾ ਅੰਦੋਲਨ ਦੇ ਵਿੱਚ ਜਿੰਨਾ ਸਾਡਾ ਯੋਗਦਾਨ ਬਣਦਾ ਸੀ ਵੱਧ ਤੋਂ ਵੱਧ ਜਿਹੜਾ ਯੋਗਦਾਨ ਪਾਈਏ, ਔਰ ਵੱਧ ਤੋਂ ਵੱਧ ਅਸੀਂ ਆਪਣਾ ਜਿਹੜਾ ਇਸ ਅੰਦੋਲਨ ਦੀ ਸਪੋਰਟ ਕਰੀਏ, ਜਿਸ ਕਰਕੇ ਅੱਜ ਲਗਭਗ ਸਾਰਾ ਪਰਿਵਾਰ ਸਾਡਾ ਇੱਥੇ ਟਿੱਕਰੀ ਬਾਰਡਰ ਉੱਤੇ ਸ਼ਾਮਿਲ ਹੈ। ਸੋ ਅਸੀਂ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ, ਕੇਂਦਰ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਭਾਵੇਂ ਕੇਂਦਰ ਸਰਕਾਰ ਆਪਣੀ ਇਸ ਗੱਲ 'ਤੇ ਅੜੀ ਹੋਈ ਹੈ, ਇਸ ਗੱਲ 'ਤੇ ਜ਼ਿੱਦ ਕੀਤੀ ਹੋਈ ਹੈ ਕਿ ਅਸੀਂ ਆਪਣੇ ਜਿਹੜੇ ਬਿੱਲ ਹੈ ਬਹੁਤ ਚੰਗੇ ਨਾ, ਅਸੀਂ ਇਹਨਾਂ ਨੂੰ ਨਹੀਂ ਵਾਪਸ ਲਵਾਂਗੇ, ਅਸੀਂ ਇਹਨਾਂ ਨੂੰ ਨਹੀਂ ਰੱਦ ਕਰਾਂਗੇ, ਅਸੀਂ ਆਪਣੀ ਇਸ ਜਿੱਦ ਦੇ ਉੱਤੇ ਅੜੇ ਹਾਂ ਕਿ ਅਸੀਂ ਇਹਨਾਂ ਨੂੰ ਰੱਦ ਕਰਾ ਕੇ ਜਾਵਾਂਗੇ, ਅਸੀਂ ਇਹਨਾਂ ਨੂੰ ਵਾਪਸ ਕਰਾਵਾਂਗੇ, ਔਰ ਸਰਕਾਰ ਰਹੇ ਚਾਹੇ ਨਾ ਰਹੇ, ਜਿੰਨਾ ਚਿਰ ਸਰਕਾਰ ਵਾਪਸ ਨਹੀਂ ਕਰੂਗੀ, ਅਸੀਂ ਇੱਥੋਂ ਆਪਣਾ ਪੜਾ ਪੱਟ ਕੇ ਨਹੀਂ ਲਿਜਾਵਾਂਗੇ। ਭਾਵੇਂ ਤੁਸੀਂ ਦੇਖਿਆ ਅੱਜ ਪੰਜਾਬ ਦੇ ਵਿੱਚ ਸਾਡੇ ਜਿਹੜੇ ਨਗਰ ਪੰਚਾਇਤਾਂ ਦੇ ਇਲੈਕਸ਼ਨ ਹੋਏ ਨਾ, ਔਰ ਉਸ ਇਲੈਕਸ਼ਨਾਂ ਦੇ ਵਿੱਚ ਭਾਜਪਾ ਦਾ ਸਫਾਇਆ ਹੋਇਆ, ਅਤੇ ਭਾਵੇਂ 2022 ਦੀਆਂ ਜਿਹੜੇ ਮੂਹਰੀਆਂ ਇਲੈਕਸ਼ਨ ਹੋਣੇ ਨਾ, ਅਤੇ ਉਹ ਸਾਰੇ ਜਿੰਨੇ ਸੂਬਿਆਂ ਦੇ ਵਿੱਚ ਇਲੈਕਸ਼ਨ ਹੋਣੇ ਨਾ, ਉਹਨਾਂ ਸੂਬਿਆਂ ਦੇ ਵਿੱਚ ਭਾਜਪਾ ਦਾ ਸਫਾਇਆ ਹੋਣਾ ਹੈਗਾ, ਔਰ ਭਾਜਪਾ ਜਿੱਡੀ ਵੱਡੀ ਦੇਸ਼ ਦੀ ਪਾਰਟੀ ਉੱਪਰ ਕੇ ਆਈ ਸੀ, ਉਨਾ ਵੱਡਾ ਇਸ ਪਾਰਟੀ ਨੂੰ ਇਹ ਬਿੱਲ ਲਿਆਉਣ ਕਰਕੇ ਖੋਰਾ ਲੱਗਣਾ, ਇਸ ਪਾਰਟੀ ਨੂੰ ਖੋਰਾ ਲੱਗਣਾ, ਅਤੇ ਇਸ ਪਾਰਟੀ ਨੇ ਖਤਮ ਹੋਣਾ ਹੈਗਾ, ਕਿਉਂਕਿ ਜਿਹੜੀ ਜ਼ਬਰ ਦੀ ਅਤੇ ਜ਼ੁਲਮ ਦੀ ਅੰਤ ਹੁੰਦੀ ਹੈਗੀ। ਜੋ ਬੰਦਾ ਹੰਕਾਰਿਆ ਹੋਵੇ, ਹੰਕਾਰ ਦੇ ਵਿੱਚ ਆਇਆ ਹੋਵੇ, ਹੰਕਾਰ ਨੂੰ ਹਮੇਸ਼ਾ ਇਹ ਗੁਰੂ ਸਾਹਿਬਾਂ ਦਾ ਮੰਨਣਾ ਹੈ, ਗੁਰੂ ਸਾਹਿਬਾਂ ਦਾ ਕਹਿਣਾ ਹੈ ਕਿ ਜਿਹੜਾ ਬੰਦਾ ਹੰਕਾਰੀ ਹੋ ਜਾਵੇ, ਜਿਹੜਾ ਬੰਦਾ ਹੰਕਾਰ ਦੇ ਵਿੱਚ ਆ ਜਾਵੇ, ਉਹ ਬੰਦੇ ਨੇ ਆਪਣਾ ਹੰਕਾਰ ਦੇ ਵਿੱਚ ਆ ਕੇ ਜਿਹੜਾ ਸਭ ਕੁਛ ਖੋ ਦਿੰਦਾ ਹੁੰਦਾ, ਅਤੇ ਹੰਕਾਰੀ ਇੱਕ ਦਿਨ ਆ ਕੇ ਢੇਰੀ ਹੁੰਦਾ, ਇੱਕ ਦਿਨ ਖਤਮ ਹੁੰਦਾ, ਜਿਸ ਕਰਕੇ ਇਹ ਅਸੀਂ ਸਾਰਾ ਕੁਛ ਆਪਣੇ ਜਿੰਨਾ ਇੱਥੇ ਤਕਲੀਫ ਚੱਲੀ ਹੈ, ਭਾਵੇਂ ਸਾਡੀ ਠੰਡ ਦੀਆਂ ਰਾਤਾਂ ਦੀ ਗੱਲ ਕਰੋ, ਭਾਵੇਂ ਸਾਡੇ ਬਾਰਿਸ਼ ਦੀ ਗੱਲ ਕਰੋ, ਔਰ ਅਸੀਂ ਭਾਵੇਂ ਸਾਡੇ ਲਗਭਗ ਅੱਜ ਤੋਂ
लगभग 200 तो उपर साडे किसान लगातार जिहड़े छेद हो गए ते केंद्र सरकार नू साडे उहनां किसानां दा भूरा भी दर्द नहीं और भूरा भी दर्द मन्निया नहीं। तुसीं देखिया होणा परसों जदों चौथे अपने हरियाणे दा जिहड़ा साडा खेती मंत्री है तां उह प्रैस ने जदों पुछिया भी जिहड़े किसान अंदोलन दे विच छेद हो गए तुसीं उहनां दे की कहिंदे हो, तां उह हस के कहिंदा है कि जे उह घरे हुंदे फिर उह घरे भी मरना सी। ते इहो जिहियां जिहड़ियां शब्दालियां साडी सरकार दीआं भाजपा दीआं उहनां इहनां शब्दालियां दे तहत भाजपा नूं लै बैठणगीआं। असीं तां इक्को ही मंग कर रहे हां कि सरकार साडियां गल्लां ते अमल करे, सरकार साडियां गल्लां मन्ने और असीं अपने घरां नूं वापस जाइए तां कि जिहड़े साडे असीं अपना घर छड्ड के आए हां, अपने बच्चे छड्डे सी, अपनी खेती छड्डी सी, मुड़ असीं उहनां अपने परिवारां दे विच अपना घरे जाइए, अपनी खेती संभालिए, अपना कारोबार संभालिए। जिस करके सरकार नूं इह मन्नणी पैणी आ, सरकार खेती मान लो चंगी गल है, नहीं तां असीं सरकार नूं नहीं छड्डांगे, नहीं बख्शांगे। असीं सरकार तों अपनियां मंगां मना के हटांगे। वाहिगुरू जी का खालसा, वाहिगुरू जी की फतह। ਭਾਰਤੀ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ, ਜਿੰਦਾਬਾਦ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ। ਸਾਡੇ ਹੱਕ ਇੱਥੇ ਰੱਖ, ਸਾਡੇ ਹੱਕ ਇੱਥੇ ਰੱਖ। ਭਾਰਤੀ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ। ਕੇਂਦਰ ਸਰਕਾਰ ਮੁਰਦਾਬਾਦ, ਮੁਰਦਾਬਾਦ। ਕੇਂਦਰ ਸਰਕਾਰ ਮੁਰਦਾਬਾਦ, ਮੁਰਦਾਬਾਦ। ਕੇਂਦਰ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਲੁਟੇਰਿਆਂ ਦੀ ਸਰਕਾਰ ਮੁਰਦਾਬਾਦ, ਬਟੇਰਿਆਂ ਦੀ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਕੇਂਦਰ ਸਰਕਾਰ ਮੁਰਦਾਬਾਦ, ਮੁਰਦਾਬਾਦ।